ਨਿੱਘੇ ਗੁਰੂ ਦਾ ਆਨੰਦ ਮਾਣ ਰਹੇ ਹੋ। ਸਥਾਨਕ ਰਾਗੀ ਜਥੇ ਦੀ ਰਚਨਾ ਤੋਂ ਗੁਰਬਾਣੀ ਦਾ ਰਸ ਪਿੰਨਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਗੌੜੀ ਰਾਗ ਦੀ ਭਗਤ ਬਾਣੀ ਅੰਦਰ ਹੈ। 15 ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਆਰੰਭ ਹੈ। ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਨੇ ਪਾਵਨ ਪਵਿੱਤਰ ਜੋ ਬਾਣੀ ਉਚਾਰਨ ਕੀਤੀ ਹੈ ਉਹਦੇ ਵਿੱਚੋਂ ਆਪ ਸੰਗਤਾਂ ਅੱਜ ਇਸ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਹੋ। ਭਗਤ ਕਬੀਰ ਜੀ ਦੇ ਪਾਸ ਕੋਈ ਅਜਿਹਾ ਜਿਗਿਆਸੂ ਆਇਆ ਹੈ ਜਿਸਦੇ ਮਨ ਦੇ ਅੰਦਰ ਕਈ ਵਾਰ ਤੇ ਇਹ ਪੁਰਨਾ ਉੱਠਦਾ ਹੈ ਕਿ ਮੈਂ ਸੰਸਾਰ ਦੇ ਜੰਜਾਲ ਛੱਡ ਕੇ ਵਾਹਿਗੁਰੂ ਦੀ ਭਗਤੀ ਕਰਾਂ, ਜੀਵਨ ਸਵਾਰ ਲਵਾਂ। ਪਰ ਕਦੇ ਕਦੇ ਉਹਦੇ ਮਨ ਦੇ ਉੱਤੇ ਮਾਇਆ ਦਾ ਮੋਹ ਹਾਵੀ ਹੋ ਜਾਂਦਾ ਹੈ। ਉਹ ਸੋਚਦਾ ਹੈ ਹਾਲੇ ਬਥੇਰੀ ਉਮਰ ਪਈ ਹੈ, ਹੌਲੀ ਹੌਲੀ ਜਦੋਂ ਸਮਾਂ ਮਿਲੇਗਾ, ਖਾਸ ਕਰਕੇ ਜਦੋਂ ਬੁਢੇਪਾ ਆ ਜਾਂਦਾ ਹੈ, ਮਨੁੱਖ ਹੱਥ ਵਿੱਚ ਡੰਗੋਰੀ ਪਕੜ ਲੈਂਦਾ ਹੈ, ਇੱਕ ਪੈਰ ਕਬਰ ਦੇ ਵਿੱਚ ਚਲਿਆ ਜਾਂਦਾ ਹੈ। ਉਸ ਵੇਲੇ ਮਨੁੱਖ ਚਾਹੁੰਦਾ ਹੈ ਕਿ ਹੁਣ ਮੈਂ ਭਗਤੀ ਕਰਾਂ, ਪਰਮੇਸ਼ਰ ਦਾ ਨਾਮ ਲਵਾਂ। ਪਰ ਬਾਬਾ ਫਰੀਦ ਜੀ ਨੇ ਬਹੁਤ ਸੁੰਦਰ ਸਿੱਖਿਆ ਬਖਸ਼ੀ ਹੈ। ਫਰੀਦਾ ਉਮਰ ਸੁਹਾਵੜੀ ਸੰਗ ਸੁਨੜੀ ਦੇਹ ਵਿਰਲੇ ਕੇ ਪਾਈਆਂ ਜਿੰਨਾ ਪਿਆਰੇ ਦੇਹ। ਉਮਰ ਵੀ ਸੁਹਾਵਣੀ ਹੋਵੇ, ਨੌਜਵਾਨ ਅਵਸਥਾ, ਸਰੀਰ ਵੀ ਕੰਚਨ ਵਰਗਾ, ਸੋਨੇ ਵਰਗਾ ਸੁੰਦਰ ਹੋਵੇ, ਇਹ ਦੋ ਚੀਜ਼ਾਂ ਬੜੀਆਂ ਹੀ ਅਮੁੱਲਕ ਹਨ, ਜਵਾਨੀ ਤੇ ਸੁੰਦਰਤਾ। ਪਰ ਇਹਨਾਂ ਦੋ ਦਾਤਾਂ ਨੂੰ ਪ੍ਰਾਪਤ ਕਰਕੇ ਜਿਹੜਾ ਮਨੁੱਖ ਵਾਹਿਗੁਰੂ ਦੀ ਭਗਤੀ ਕਰਦਾ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਪਰ ਮਨੁੱਖ ਦਾ ਸੁਭਾਵ ਐਸਾ ਹੀ ਹੈ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸਰੀਰ, ਚੰਗੇ ਕੰਮ ਲਈ ਇਹ ਮਨੁੱਖ ਆਲਸ ਕਰਦਾ ਹੈ। ਜੇ ਇਸ ਨੂੰ ਆਖੀਏ ਬਈ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਹੈ, ਮੂਲ ਮੰਤਰ ਦਾ ਗੁਰ ਮੰਤਰ ਦਾ ਅਭਿਆਸ ਕਰਨਾ ਹੈ, ਪੀਂਦਾ ਹਾਲੇ ਹੋਰ ਸੌਣ ਲਈਏ, ਹੋਰ ਆਰਾਮ ਕਰ ਲਈਏ। ਪਰ ਜਦੋਂ ਕਿਸੇ ਪਾਰਟੀ ਤੇ ਜਾਣਾ ਹੋਵੇ, ਕੋਈ ਮੂਵੀ ਦੇਖਣ ਵਾਸਤੇ ਜਾਣਾ ਹੋਵੇ, ਪੱਬਾਂ ਕਲੱਬਾਂ ਦੇ ਵਿੱਚ ਜਾਣਾ ਹੋਵੇ, ਉਸ ਵੇਲੇ ਸਾਰੀ ਸਾਰੀ ਰਾਤ ਹੀ ਉੱਥੇ ਬਰਬਾਦ ਕਰ ਦਿੰਦਾ ਹੈ। ਮਨੁੱਖ ਦਾ ਸੁਭਾਅ ਕੁਝ ਐਸਾ ਹੀ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਮਨੁੱਖ ਦੀ ਹਾਲਤ ਦਰਸਾਈ ਹੈ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਾ ਕੁਦਰੈ, ਵਿਰਲਾ ਪਾਈ ਹੋਏ। ਇਹ ਮਨੁੱਖ ਹੋਰ ਤਾਂ ਸਾਰੇ ਆਹਰ ਉਸ਼ਾਰਤ ਉਪਰਾਲੀ ਕਰਦਾ ਰਹਿੰਦਾ ਹੈ,
ਦੁਨੀਆਂ ਦੇ ਕੰਮ ਧੰਦੇ ਅਸੀਂ ਦਿਨ ਰਾਤ ਕਰਦੇ ਰਹਿੰਦੇ ਹਾਂ, ਆਹਰ ਇੱਕ ਨਾ ਹੋਏ, ਪਰ ਜਿਹੜਾ ਖਾਸ ਆਹਰ ਹੈ ਸਤਿਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਇਹ ਉਪਰਾਲਾ ਹਰ ਕਿਸੇ ਤੋਂ ਨਹੀਂ ਹੋ ਸਕਦਾ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਵੇ, ਨਾਨਕ ਜਿਤ ਆਹਰ ਜਾਂ ਗੁਦਰਾ ਵਿਰਲਾ ਪਾਏ ਹੋਏ। ਉਹ ਆਹਰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, ਗੁਰਮੁਖ ਨਾਮ ਦਾਨ ਇਸ਼ਨਾਨ ਸਿੱਖੀ ਦੇ ਅਸੂਲਾਂ ਨੂੰ ਅਪਣਾਉਣਾ, ਇਹ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ। ਬਹੁਤੀ ਦੁਨੀਆ ਦੁਨਿਆਵੀ ਕੰਮ ਧੰਦਿਆਂ ਵਿੱਚ ਰੁੱਝੀ ਹੋਈ ਹੈ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਆਪ ਜਪਾਏ ਜਪੈ ਸੁਣਾਓ, ਉਹੀ ਬਾਣੀ ਤੇ ਨਾਮ ਦੇ ਨਾਲ ਜੁੜਦੇ ਨੇ। ਹੁਣ ਜਿਹੜਾ ਜਗਿਆਸੂ ਭਗਤ ਕਬੀਰ ਜੀ ਦੇ ਪਾਸ ਆਇਆ ਹੈ, ਉਸਨੇ ਭਗਤ ਕਬੀਰ ਜੀ ਦੇ ਪਾਸ ਆ ਕੇ ਸਵਾਲ ਕੀਤਾ, ਭਗਤ ਜੀ ਮੈਂ ਬਹੁਤ ਦੁਬਧਾ ਦੇ ਵਿੱਚ ਫਸਿਆ ਹੋਇਆ ਹਾਂ, ਮੇਰਾ ਮਨ ਕਦੀ ਇੱਧਰ ਕਦੀ ਉੱਧਰ ਡੋਲਦਾ ਰਹਿੰਦਾ ਹੈ, ਇਸੇ ਲਈ ਮੈਂ ਆਪ ਜੀ ਦੇ ਪਾਸ ਆਇਆ ਹਾਂ। ਹੁਣ ਤੁਸੀਂ ਇੱਕ ਮਹਾਂਪੁਰਖ ਹੋ, ਤੁਸੀਂ ਮੈਨੂੰ ਸਮਝਾਓ ਮੈਂ ਕਿਹੜਾ ਰਸਤਾ ਅਖਤਿਆਰ ਕਰਾਂ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਕੁਝ ਉਦਾਹਰਣਾਂ ਇਤਿਹਾਸ ਵਿੱਚੋਂ ਵੀ ਸਾਨੂੰ ਪ੍ਰਾਪਤ ਹੁੰਦੀਆਂ ਨੇ, ਜਿਵੇਂ ਭਗਤ ਕਬੀਰ ਜੀ ਦੇ ਕੋਲ ਕੋਈ ਜਗਿਆਸੂ ਆਇਆ ਹੈ, ਇਸ ਤਰ੍ਹਾਂ ਦੀ ਅਵਸਥਾ ਵਾਲਾ ਇੱਕ ਗੁਰਸਿੱਖ ਜਿਸਦਾ ਨਾਮ ਭਾਈ ਨੰਦ ਸਿੰਘ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ, ਕਲਗੀਧਰ ਪਾਤਸ਼ਾਹ ਚੁੰਜੀ ਪ੍ਰੀਤਮ ਸਾਹਿਬ ਏ ਕਮਾਵਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਵੀ ਆਇਆ ਸੀ। ਸ੍ਰੀ ਅਨੰਦਪੁਰ ਸਾਹਿਬ ਜੀ ਦੇ ਅੰਦਰ ਚੁੰਜੀ ਪਾਤਸ਼ਾਹ ਦਾ ਦੀਵਾਨ ਸਜਿਆ ਹੋਇਆ ਸੀ। ਕੋਈ ਪਰਿਵਾਰ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ, ਉਹਨਾਂ ਨੇ ਹਜ਼ੂਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ, ਇਹ ਗਰੀਬਨ ਵਾਲ ਸਤਿਗੁਰੂ ਜੀ ਸਾਡਾ ਪੁੱਤਰ ਨੌਜਵਾਨ ਹੈ, ਥੋੜੇ ਦਿਨ ਪਹਿਲਾਂ ਅਸੀਂ ਇਸਦਾ ਕਿਸੇ ਗੁਰਸੇ ਘਰਾਣੇ ਦੀ ਬੀਬੀ ਦੇ ਨਾਲ ਵਿਆਹ ਵੀ ਕਰ ਦਿੱਤਾ ਹੈ, ਪਰ ਇਹ ਉਸਨੂੰ ਬੁਲਾਉਂਦਾ ਹੀ ਨਹੀਂ, ਨਾ ਹੀ ਉਸਦੇ ਨਾਲ ਕੋਈ ਪਿਆਰ ਕਰਦਾ ਹੈ, ਅਸੀਂ ਬੜੇ ਦੁਬਧਾ ਦੇ ਵਿੱਚ ਫਸ ਗਏ ਹਾਂ। ਹੈ ਅੰਮ੍ਰਿਤਧਾਰੀ ਪੁੱਤਰ, ਅਸੀਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਸਾਡੀ ਗੱਲ ਸੁਣਦਾ ਹੀ ਨਹੀਂ। ਤਾਂ ਉਸ ਵੇਲੇ ਚੁੰਜੀ ਪਾਤਸ਼ਾਹ ਨੇ ਆਖਿਆ, ਇਸਨੂੰ ਸਾਡੇ ਪਾਸ ਲਿਆਓ। ਉਹਨਾਂ ਨੇ ਆਪਣੇ ਪੁੱਤਰ ਨੂੰ ਗੁਰੂ ਮਹਾਰਾਜ ਦੇ ਸਾਹਮਣੇ ਪੇਸ਼ ਕੀਤਾ। ਚੁੰਜੀ ਪਾਤਸ਼ਾਹ ਉਸ ਨੌਜਵਾਨ ਨੂੰ ਪੁੱਛਣ ਲੱਗੇ, ਭਾਈ ਤੇਰਾ ਨਾਮ ਕੀ ਹੈ? ਕਹਿੰਦਾ, ਮਹਾਰਾਜ ਮੇਰਾ ਨਾਮ ਭਾਈ ਨੰਦ ਸਿੰਘ ਹੈ। ਹਜ਼ੂਰ ਕਹਿਣ ਲੱਗੇ, ਤੇਰੀ ਸਾਡੇ ਪਾਸ ਸ਼ਿਕਾਇਤ ਆਈ ਹੈ, ਤੇਰਾ ਗੁਰਸਿੱਖ ਬੀਬੀ ਦੇ ਨਾਲ ਆਨੰਦ ਕਾਰਜ ਹੋਇਆ, ਪਰ ਤੂੰ ਉਸਨੂੰ ਬੁਲਾਉਂਦਾ ਹੀ ਨਹੀਂ, ਕੀ ਕਾਰਨ ਹੈ? ਤਾਂ ਅੱਗੋਂ ਉਸਨੇ ਹਜ਼ੂਰ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਗੁਰਮੰਤਰ ਦਾ ਸਿਮਰਨ ਕਰਦਾ ਹਾਂ, ਤੇ ਫਿਰ ਮੈਂ ਹਰ ਰੋਜ਼ ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਨਿਤਨੇਮ ਵੀ ਕਰਦਾ ਹਾਂ। ਮੈਂ ਇੱਕ ਦਿਨ ਅਨੰਦ ਸਾਹਿਬ ਬਾਣੀ ਪੜ੍ਹ ਰਿਹਾ ਸੀ, ਉਸ ਬਾਣੀ ਦੇ ਅੰਦਰ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਰ ਤੇਰੇ
ਤੇਰੀ ਉਪਮਾ ਤੋਂ ਹੀ ਬਣਿਆ ਹੈ। ਉਹਨਾਂ ਨੇ ਪਵਿੱਤਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਇਹ ਪੌੜੀ ਆ ਗਈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਸ ਤੇਰੇ ਚੱਲੇ ਨਾਹੀਂ ਇਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਕੀਜੈ ਜੇਤ ਅੰਤ ਪੱਛੋ ਤਾਈਏ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਇਹ ਬਾਣੀ ਇਹ ਪੌੜੀ ਦਾ ਸਿਧਾਂਤ ਮੇਰੇ ਹਿਰਦੇ ਵਿੱਚ ਵਸ ਗਿਆ ਹੈ, ਹੁਣ ਮੈਨੂੰ ਸਾਰਾ ਸੰਸਾਰ ਵੀ ਤੇ ਪਰਿਵਾਰ ਵੀ ਝੂਠਾ ਜਾਪਣ ਲੱਗ ਪਿਆ, ਹੁਣ ਮੈਂ ਦੱਸੋ ਕਰਾਂ ਤੇ ਕੀ ਕਰਾਂ। ਤਾਂ ਹਜ਼ੂਰ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਬਾਣੀ ਪੜ੍ਹ ਕੇ ਤੇਰੇ ਮਨ ਵਿੱਚ ਵੈਰਾਗ ਪੈਦਾ ਹੋ ਗਿਆ ਹੈ, ਬੜੀ ਚੰਗੀ ਗੱਲ ਹੈ। ਪਰ ਅਸੀਂ ਤੈਨੂੰ ਇੱਕ ਸਵਾਲ ਪੁੱਛਦੇ ਹਾਂ, ਉਸਦਾ ਤੈਨੂੰ ਜਵਾਬ ਦੇਣਾ ਪਵੇਗਾ। ਕਹਿੰਦਾ ਮਹਾਰਾਜ ਦੱਸੋ। ਤਾਂ ਹਜ਼ੂਰ ਕਹਿਣ ਲੱਗੇ ਤੂੰ ਇਹ ਦੱਸ, ਤੂੰ ਦੁਨੀਆਂ ਤੋਂ ਬਰਕਤ ਅਤੀਤ ਸਾਧੂ ਬਣਨਾ ਚਾਹੁੰਦਾ ਜਾਂ ਤੂੰ ਗ੍ਰਸਤੀ ਬਣਨਾ ਚਾਹੁੰਦਾ? ਇੱਕ ਪ੍ਰਵਿਰਤੀ ਦਾ ਮਾਰਗ ਹੈ, ਦੂਸਰਾ ਨਿਵਿਰਤੀ ਦਾ ਮਾਰਗ ਹੈ। ਤੂੰ ਦੱਸ ਇਹਨਾਂ ਵਿੱਚੋਂ ਕਿਹੜਾ ਅਖਤਿਆਰ ਕਰਨਾ ਚਾਹੁੰਦਾ? ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਇਹਦੇ ਬਾਰੇ ਕੁਝ ਵੀ ਪਤਾ ਨਹੀਂ, ਜਿਵੇਂ ਆਪ ਜੀ ਮੈਨੂੰ ਆਗਿਆ ਕਰੋਗੇ ਮੈਂ ਉਸੇ ਤਰ੍ਹਾਂ ਹੀ ਤੁਹਾਡੇ ਬਚਨ ਮੰਨਾਂਗਾ। ਤਾਂ ਹਜ਼ੂਰ ਨੇ ਇਹਨੂੰ ਦੋ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਜੇ ਸਾਧੂ ਬਣਨਾ ਤੇ ਇਹੋ ਜਿਹਾ ਬਣ। ਇਹ ਕੋਈ ਤਪਸਵੀ ਸੀ, ਜੰਗਲ ਦੇ ਵਿੱਚ ਬੈਠ ਕੇ ਵਾਹਿਗੁਰੂ ਦੀ ਭਗਤੀ ਕਰਦਾ, ਝੜੀ ਲਾ ਗਈ। ਇਹ ਸਾਧੂ ਭਿੱਖਿਆ ਮੰਗਣ ਵਾਸਤੇ ਕਿਧਰੇ ਜਾ ਨਾ ਸਕਿਆ, ਲਗਾਤਾਰ ਸੱਤ ਦਿਨ ਨਹੀਂ ਪੈਂਦਾ ਰਿਹਾ ਇਸ ਨੂੰ ਸ਼ਕਣ ਵਾਸਤੇ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਕੁਝ ਵੀ ਨਸੀਬ ਨਾ ਹੋਇਆ, ਬਸ ਬੈਠ ਕੇ ਵਾਹਿਗੁਰੂ ਦੀ ਭਗਤੀ ਕਰ ਰਿਹਾ ਹੈ। ਸੱਤ ਦਿਨਾਂ ਤੋਂ ਬਾਅਦ ਫਿਰ ਇਹਦੇ ਮਨ ਦੇ ਵਿੱਚ ਖਿਆਲ ਉੱਠਿਆ, ਕਿਉਂ ਨਾ ਮੈਂ ਹੁਣ ਕੁਝ ਪਿੰਡ ਵਿੱਚੋਂ ਜਾ ਕੇ ਕੋਈ ਲੰਗਰ ਪਾਣੀ ਛੱਡੀ ਆਵਾਂ। ਕੋਈ ਸ਼ਾਹੂਕਾਰ ਸੀ, ਉਹਦੇ ਘਰ ਇੱਕ ਬਹੁਤ ਵੱਡਾ ਭੰਡਾਰਾ ਚੱਲ ਰਿਹਾ ਸੀ। ਇਹ ਸਾਧੂ ਸਬਰ ਸ਼ੁਕਰ ਵਾਲਾ ਸੀ, ਇਹ ਸ਼ਾਹੂਕਾਰ ਦੇ ਘਰ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ। ਬਹੁਤ ਸਾਰੇ ਲੋਕ ਲੰਗਰ ਪਾਣੀ ਭੰਡਾਰਾ ਛਕ ਛਕ ਕੇ ਜਾ ਰਹੇ ਸਨ, ਪਰ ਇਹ ਸਾਧੂ ਵੱਲ ਕਿਸੇ ਨੇ ਨਿਗਾਹ ਹੀ ਨਾ ਕੀਤੀ। ਇਹ ਚੁੱਪ ਚਾਪ ਵਾਹਿਗੁਰੂ ਦੇ ਪਾਣੀ ਦੇ ਵਿੱਚ ਖੜਾ ਉਡੀਕ ਕਰਦਾ ਰਿਹਾ। ਅਖੀਰ ਰਾਤ ਪੈ ਗਈ, ਇਸ ਨੂੰ ਕਿਸੇ ਨੇ ਵੀ ਲੰਗਰ ਨਾ ਛਕਾਇਆ। ਫਿਰ ਉਸੇ ਤਰ੍ਹਾਂ ਵਾਪਸ ਮੁੜ ਕੇ ਆਪਣੀ ਕੁਟੀਆ ਵਿੱਚ ਆ ਗਿਆ, ਉੱਥੇ ਬੈਠ ਕੇ ਫਿਰ ਭਜਨ ਪਾਠ ਕਰਨ ਲੱਗ ਪਿਆ। ਕੋਈ ਗਿਲਾ ਸ਼ਿਕਵਾ ਨਹੀਂ। ਜਦੋਂ ਰਾਤ ਦੇ ਸਮੇਂ ਇਹ ਬੈਠਾ ਭਜਨ ਪਾਠ ਕਰ ਰਿਹਾ ਸੀ ਤਾਂ ਉਸ ਵੇਲੇ ਗੈਬੀ ਘਟਨਾ ਵਾਪਰੀ। ਉਹ ਗੈਬੀ ਘਟਨਾ ਕੀ ਸੀ? ਦੋ ਦੂਤ ਆਏ ਨੇ, ਦੋ ਫਰਿਸ਼ਤੇ ਆਏ ਹਨ। ਉਹਨਾਂ ਨੇ ਆ ਕੇ ਇਸ ਸਾਧੂ ਨੂੰ ਤਪਸਵੀ ਨੂੰ ਆਖਿਆ ਬਈ ਅਸੀਂ ਤੇਰੀ ਕੋਈ ਨਾ ਕੋਈ ਹੈਲਪ ਕਰਨ ਵਾਸਤੇ ਆਏ ਹਾਂ, ਤੂੰ ਰੱਬ ਦੀ ਬੰਦਗੀ ਕਰਦਾ, ਇਸ ਲਈ ਤੂੰ ਸੱਤ ਦਿਨਾਂ ਦਾ ਭੁੱਖਾ ਇੱਕ ਸ਼ਾਹੂਕਾਰ ਦੇ ਘਰ
कुछ खाण वास्ते गया पर उसने जिसके घर के भंडारा चल रहा सी अनेक लोग शक शक जा रहे सन पर तेन उसने कोई रंग भी ना मारे सुलह ही ना मारी उखण पाने तेन अपने घरों तोड़ दिता है इसलिए वो शाहूकार कसूरवार है उसने रब के बंदे एक बंदे भी भोजन नहीं छका सकिया फिर साधु कह लगा हूं दसो ती मेरी की हेल्प करना चाहते हो वो दोनों रिश्तिया के दूत कह लगे सानू अकाल पुरख वाहिगुरु ने तेरी मदद लिए भेजा है हूं ती नौ करो साढ़े नाल चलो जिथे शाहूकार का घर है वो दिखा दियो असी उन्हों सजा देनी चाहते हैं केहो जी सजा उन्होंने अपने हाथ में एक लांगू पकड़िया होया सी एक बल की चुवाती मिसाल पकड़ी हुई सी कहिंदे असी उसके घर में जाके अग ला के फूक देना है जिस बंदे ने एक रब के प्यारे साधु नूं लंगर भी नहीं छकाया असी उहदे घर नूं साड़ के सुआह कर देना है चलो साडे नाल सानू दसो उहदा घर कित्थे है इह गल सुण के उस साधु बड़ा मन दे विच हैरान होया कहण लगा फिर इउं करो ये काम तुसी कदे नहीं करदे हो अज ये तुहाडे कोले अग दी चुवाती है बल दी मिसाल है ये तुसी मैनू दे दिओ ये काम ते मैं खुद भी कर सकदा हां वो कहण लगे चलो तुसी कर लवो ਤੇ ਉਹਨਾਂ ਦੇ ਬਲ ਦੀ ਮਿਸਾਲ ਉਹ ਸਾਧੂ ਨੇ ਹੱਥ ਵਿੱਚ ਪਕੜਾ ਦਿੱਤੀ ਤੇ ਜਦੋਂ ਉਹ ਸਾਧੂ ਨੇ ਦੇਖਿਆ ਵੀ ਹੁਣ ਮਿਸਾਲ ਮੇਰੇ ਹੱਥ ਵਿੱਚ ਆ ਗਈ ਹੈ ਤੇ ਇਹਨੇ ਸਾਧੂ ਨੇ ਕੀ ਕੀਤਾ ਉਹ ਲੈ ਕੇ ਬਲ ਦੀ ਅੱਗ ਦੀ ਮਿਸਾਲ ਉਹਨਾਂ ਦੂਤਾਂ ਨੂੰ ਕਹਿਣ ਲੱਗਾ ਹੁਣ ਭੱਜ ਲਓ ਵੀ ਭੱਜਿਆ ਜਾਂਦਾ ਹੈ ਮੈਂ ਤੁਹਾਨੂੰ ਸਾੜ ਕੇ ਸੁਆਹ ਕਰ ਦੇਵਾਂਗਾ ਉਹ ਅੱਗੇ ਅੱਗੇ ਸਾਧੂ ਪਿੱਛੇ ਪਿੱਛੇ ਉਹ ਦੋਨੋਂ ਫਰਿਸ਼ਤਿਆਂ ਦੇ ਦੂਤ ਹੈਰਾਨ ਪਰੇਸ਼ਾਨ ਹੋ ਗਏ ਕਹਿਣ ਲੱਗੇ ਅਸੀਂ ਤਾਂ ਸਾਧੂ ਦੀ ਮਦਦ ਲਈ ਆਏ ਸੀ ਪਰ ਇਹ ਉਲਟਾ ਸਾਨੂੰ ਸਾੜਨ ਲੱਗੇ ਹੈ ਕੀ ਕਾਰਨ ਹੈ ਪੁੱਛਣ ਲੱਗੇ ਤਾਂ ਉਹ ਸਾਧੂ ਕਹਿਣ ਲੱਗਾ ਭਲਿਓ ਲੋਕੋ ਉਸ ਵਿਚਾਰੇ ਸ਼ਾਹੂਕਾਰ ਦਾ ਕੀ ਕਸੂਰ ਹੈ ਸਭ ਦਾ ਪ੍ਰੇਰਕ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜੇ ਅਕਾਲ ਪੁਰਖ ਵਾਹਿਗੁਰੂ ਉਹਦੇ ਮਨ ਨੂੰ ਪ੍ਰੇਰਨਾ ਕਰ ਦਿੰਦਾ ਜਿੱਥੇ ਅਨੇਕਾਂ ਲੋਕ ਉਹਦੇ ਘਰੋਂ ਲੰਗਰ ਛਕ ਕੇ ਗਏ ਸਨ ਤੇ ਮੈਨੂੰ ਵੀ ਲੰਗਰ ਛਕਾ ਦਿੰਦਾ ਉਹਦੇ ਮਨ ਦੇ ਵਿੱਚ ਪੁਰਨਾ ਹੀ ਨਹੀਂ ਪੁਰਿਆ ਪਰਮੇਸ਼ਰ ਨੇ ਪ੍ਰੇਰਨਾ ਹੀ ਨਹੀਂ ਕੀਤੀ ਹੁਣ ਉਹਦੇ ਵਿਚਾਰੇ ਦੀ ਵਸ ਗਈ ਸੀ ਉਹਦੇ ਕੱਠ ਪੁਤਲੀ ਸੀ ਤੁਸੀਂ ਉਹਨੂੰ ਕਸੂਰਵਾਰ ਆਖਦੇ ਹੋ ਉਹਦਾ ਕੋਈ ਕਸੂਰ ਨਹੀਂ ਜੋ ਕੁਛ ਹੋ ਰਿਹਾ ਵਾਹਿਗੁਰੂ ਦੇ ਭਾਣੇ ਵਿੱਚ ਹੋ ਰਿਹਾ ਪਰਮੇਸ਼ਰ ਦੇ ਪਿਆਰੇ ਰੱਬ ਦੀ ਰਜ਼ਾ ਦੇ ਵਿੱਚ ਹੀ ਪ੍ਰਸੰਨ ਰਹਿੰਦੇ ਨੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗਰਜ ਉਹ ਜਿਹੜੇ ਦੋਵੇਂ ਫਰਿਸ਼ਤਿਆਂ ਦੇ ਦੂਤ ਸਨ ਉਹ ਸਾਧੂ ਦੇ ਚਰਨਾਂ ਤੇ ਨਮਸਕਾਰ ਕਰਕੇ ਚਲੇ ਗਏ ਹਜ਼ੂਰ ਕਹਿਣ ਲੱਗੇ ਭਾਈ ਨਾਨ ਸਿੰਘ ਜੀ ਸਾਧੂ ਬਣਨਾ ਹੈ ਸੰਤ ਬਣਨਾ ਹੈ ਬੇਹਾਨੂ ਬਣਨਾ ਹੈ ਅਤੀਤ ਬਣਨਾ ਹੈ ਤਾਂ ਇਹੋ ਜਿਹਾ ਬਣ ਕੋਈ ਵੈਰ ਵਿਰੋਧ ਨਹੀਂ ਕੋਈ ਰਾਗ ਦੁਆਸ਼ ਨਹੀਂ ਵਾਹਿਗੁਰੂ ਦੇ ਪਾਣੀ ਵਿੱਚ ਸਬਰ ਤੇ ਸ਼ੁਕਰ ਦੇ ਵਿੱਚ ਰਹਿਣਾ ਪਵੇਗਾ ਦੂਸਰੀ ਉਦਾਹਰਣ ਗੁਰੂ ਮਹਾਰਾਜ ਨੇ ਦਿੱਤੀ ਕਹਿਣ ਲੱਗੇ ਭਾਈ ਦੀ ਗ੍ਰਸਤੀ ਬਣਨਾ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਮੇਸ਼ਾ ਵੀ ਧਿਆਨ ਵਿੱਚ ਰੱਖੀ ਸੋ ਗਿਰੀ ਜੋ ਨਿਗ੍ਰਹ ਕਰੈ ਜਪ ਤਪ ਸੰਜਮ ਇੱਛਿਆ ਕਰੈ ਉਨ ਦਾਨ ਕਾ ਕਰੇ ਸਰੀਰ ਸੋ ਗਿਰੀ ਗੰਗਾ ਕਾ ਜੇ ਗ੍ਰਸਤੀ ਬਣਨਾ ਹੈ ਤੇ ਹਜ਼ੂਰ ਕਹਿੰਦੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣ ਇਹਨਾਂ ਸੂਲਾਂ ਦੇ ਵਿੱਚ ਵਰਤਣਾ ਪਵੇਗਾ ਤੇ ਨਾਲ ਹੀ ਗੁਰੂ ਮਹਾਰਾਜ ਕਹਿਣ ਲੱਗੇ ਸਤਿਗੁਰੂ ਦਾ ਹੁਕਮ ਹੈ ਪੁੰਨ ਦਾਨ ਕਾ ਕਰੇ ਸਰੀਰ ਤੇ ਆਪਣੇ ਸਰੀਰ ਨੂੰ ਵੀ ਪੁੰਨ ਦਾਨ ਦੇ ਵਜੋਂ
ਕਿਸੇ ਦੇ ਭਲੇ ਦੀ ਖਾਤਰ ਕੁਰਬਾਨ ਕਰ ਦਿੱਤੀ। ਗ੍ਰਸਤੀ ਦਾ ਧਰਮ ਹੈ, ਪੁੰਨ ਦਾਨ ਕਾ ਕਰੇ ਸਰੀਰ ਸੋ ਗ੍ਰਹਿ ਗੰਗਾ ਕਰ। ਹਜ਼ੂਰ ਨੇ ਪੰਛੀਆਂ ਦੀ ਉਦਾਹਰਣ ਦਿੱਤੀ। ਦੋ ਪੰਛੀ ਸਨ, ਇੱਕ ਕਬੂਤਰ ਤੇ ਇੱਕ ਉਸਦੀ ਘਰਵਾਲੀ ਕਬੂਤਰੀ। ਉਹ ਦੋਵੇਂ ਜੰਗਲ ਦੇ ਵਿੱਚ ਇੱਕ ਬਿਸ਼ ਦੀ ਅਲਣਾ ਬਣਾ ਕੇ ਰਹਿੰਦੇ ਸਨ। ਇੱਕ ਦਿਨ ਕੋਈ ਸ਼ਿਕਾਰੀ ਸ਼ਿਕਾਰ ਖੇਡਣ ਵਾਸਤੇ ਗਿਆ ਔਰ ਉਸਨੂੰ ਕੋਈ ਸ਼ਿਕਾਰ ਨਾ ਮਿਲਿਆ ਤੇ ਉਸਨੇ ਸੋਚਿਆ ਵੀ ਅੱਜ ਮੈਂ ਹੁਣ ਘਰੇ ਵੀ ਤਾਂ ਜਾ ਕੇ ਭੁੱਖਾ ਹੀ ਸੌਵਾਂਗਾ, ਕਿਉਂ ਨਾ ਮੈਂ ਜੰਗਲ ਦੇ ਵਿੱਚ ਹੀ ਰਾਤ ਕੱਟ ਲਵਾਂ। ਉਸਨੇ ਇੱਕ ਬਿਸ਼ ਦੇ ਹੇਠਾਂ ਜਾ ਕੇ ਆਸਣ ਲਾ ਲਿਆ। ਉਧਰੋਂ ਠੰਡ ਦਾ ਮੌਸਮ ਸੀ ਤੇ ਇਹ ਜਿਹੜੇ ਕਬੂਤਰ ਕਬੂਤਰੀ ਸਨ ਇਹਨਾਂ ਨੂੰ ਪਿਛਲੇ ਜਨਮ ਦਾ ਗਿਆਨ ਸੀ। ਇਹਨਾਂ ਨੇ ਸੋਚਿਆ ਇਹ ਜਿਹੜਾ ਸ਼ਿਕਾਰੀ ਹੈ ਸਾਡਾ ਮਹਿਮਾਨ ਹੈ, ਸਾਡਾ ਪ੍ਰਾਹੁਣਾ ਹੈ, ਅੱਜ ਇਹ ਸਾਡੇ ਪਾਸ ਆਇਆ ਹੈ, ਇਹਨੇ ਇੱਥੇ ਰਾਤ ਕੱਟਣੀ ਹੈ, ਸਾਡੇ ਕੋਲ ਕੋਈ ਮੰਜੇ ਬਿਸਤਰੇ ਦਾ ਬੈੱਡ ਦਾ ਪ੍ਰਬੰਧ ਤੇ ਹੋ ਨਹੀਂ ਸਕਦਾ, ਕਮ ਸੇ ਕਮ ਅਸੀਂ ਇਹਦੀ ਠੰਡ ਤਾਂ ਦੂਰ ਕਰੀਏ, ਕੁਛ ਨਾ ਕੁਛ ਤਾਂ ਇਹਦੀ ਸੇਵਾ ਕਰੀਏ, ਕੋਈ ਸੁੱਖ ਸਹੂਲਤ ਦੇਈਏ। ਔਰ ਉਹਨਾਂ ਨੇ ਇਹ ਗੱਲ ਸੋਚ ਕੇ ਕਬੂਤਰ ਉੱਡਿਆ। ਇੱਕ ਥਾਂ ਤੇ ਕੋਈ ਧੂਣੀ ਬਲ ਰਹੀ ਸੀ, ਉੱਥੋਂ ਤੁਖਦੀ ਇੱਕ ਮਿੰਗਣ ਮੂੰਹ ਦੇ ਵਿੱਚ ਪਕੜ ਕੇ ਉੱਥੇ ਲੈ ਆਇਆ ਜਿੱਥੇ ਸ਼ਿਕਾਰੀ ਬੈਠਾ ਠੰਡ ਦੇ ਨਾਲ ਕੰਬ ਰਿਹਾ ਸੀ। ਉਹਦੇ ਸਾਹਮਣੇ ਲਗਾ ਕੇ ਤੁਖਦੀ ਮਿੰਗਣ ਸੁੱਟ ਦਿੱਤੀ। ਉਸਨੇ ਆਲੇ ਦੁਆਲੇ ਕੱਖ ਇਕੱਠੇ ਕਰ ਲਏ ਤੇ ਅੱਗ ਬਾਲ ਲਈ। ਅੱਗ ਬਾਲ ਕੇ ਸੇਕਣ ਲੱਗਿਆ ਤੇ ਆਪਣੀ ਠੰਡ ਦੂਰ ਕਰ ਲਈ। ਫਿਰ ਇਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਹੁਣ ਚਲੋ ਇਸਦੀ ਠੰਡ ਦਾ ਤੇ ਪ੍ਰਬੰਧ ਹੋ ਗਿਆ ਹੈ, ਅਸੀਂ ਇਹਨੂੰ ਅੱਗ ਲਿਆ ਕੇ ਦੇ ਦਿੱਤੀ, ਤੂਣੀ ਬਾਲ ਕੇ ਸੇਕ ਰਿਹਾ ਹੈ, ਹੁਣ ਇਹਦੇ ਭੋਜਨ ਦਾ ਵੀ ਸਾਨੂੰ ਪ੍ਰਬੰਧ ਕਰਨਾ ਚਾਹੀਦਾ, ਖਾਣ ਦੇ ਵੀ ਪ੍ਰਬੰਧ ਕਰਨਾ ਚਾਹੀਦਾ। ਸੋਚਣ ਲੱਗ ਪਏ ਰਾਤ ਦਾ ਸਮਾਂ ਹੈ, ਹੁਣ ਅਸੀਂ ਇਹਦੇ ਵਾਸਤੇ ਕੀ ਲਿਆ ਕੇ ਦੇ ਸਕਦੇ ਹਾਂ। ਤਾਂ ਉਸ ਵੇਲੇ ਹੁਣ ਹੈ ਤੇ ਸ਼ਿਕਾਰੀ ਸੀ, ਮਾਸਾਹਾਰੀ ਸੀ। ਕਬੂਤਰ ਕਹਿਣ ਲੱਗਾ ਭਾਗਵਾਨੀ ਤੂੰ ਬੱਚਿਆਂ ਨੂੰ ਸੰਭਾਲਣਾ ਹੈ, ਇਸ ਲਈ ਮੈਂ ਇਹਦੀ ਖਾਸ ਖੁਰਾਕ ਬਣਦਾ ਹਾਂ। ਅੱਗੋਂ ਕਬੂਤਰੀ ਕਹਿਣ ਲੱਗੀ ਨਹੀਂ, ਤੁਸੀਂ ਨਹੀਂ ਤੇ ਮੈਂ ਇਸਦਾ ਆਹਾਰ ਬਣਾਂਗੀ। ਗੱਲ ਕੀ, ਪਹਿਲਾਂ ਕਬੂਤਰ ਫਿਰ ਉਹਦੇ ਘਰ ਵਾਲੀ ਦੋਵੇਂ ਬਲਦੀ ਅੱਗ ਵਿੱਚ ਆ ਕੇ ਡਿੱਗ ਪਏ ਤੇ ਸ਼ਿਕਾਰੀ ਨੇ ਨਾਲੇ ਅੱਗ ਸੇਕ ਲਈ ਤੇ ਨਾਲ ਹੀ ਕਬੂਤਰ ਕਬੂਤਰੀ ਦਾ ਕਬਾਬ ਖਾ ਕੇ ਆਪਣੀ ਭੁੱਖ ਵੀ ਮਿਟਾ ਲਈ ਤੇ ਮਨ ਨੇ ਵੀ ਸੋਚਣ ਲੱਗਾ ਬਈ ਇਹ ਕਿੰਨੇ ਪਰਉਪਕਾਰੀ ਪੰਛੀ ਸਨ ਜਿਨ੍ਹਾਂ ਨੇ ਮੇਰੀ ਖਾਤਰ ਅੱਗ ਦਾ ਵੀ ਪ੍ਰਬੰਧ ਕੀਤਾ ਹੈ ਤੇ ਮੇਰੇ ਖਾਣ ਲਈ ਆਪਣਾ ਸਰੀਰ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਔਰ ਇਹ ਪੰਛੀ ਨੇ ਤੇ ਮੈਂ ਇੱਕ ਮਨੁੱਖ ਹਾਂ ਤੇ ਮੈਂ ਇਹਨਾਂ ਜਾਨਵਰਾਂ ਨੂੰ ਮਾਰ ਮਾਰ ਕੇ ਖਾਣਾ ਹੈ, ਔਰ ਇਹ ਤੇ ਬੜੇ ਪਰਉਪਕਾਰੀ ਨੇ, ਜੇ ਅੱਜ ਮੈਨੂੰ ਅੱਗ ਨਾ ਦਿੰਦੇ ਮੈਂ ਸਾਰੀ ਰਾਤ ਪਾਲੇ ਦੇ ਨਾਲ ਹੀ ਠਰਦਾ ਮਰ ਜਾਂਦਾ, ਜੇ ਖਾਣ ਲਈ ਕੁਛ ਨਾ ਮਿਲਦਾ ਸਾਰੀ ਰਾਤ ਭੁੱਖਾ ਪਿਆਸਾ ਮਰਦਾ ਰਹਿੰਦਾ। ਇਹਨਾਂ ਨੇ ਮੇਰੇ ਤੇ ਬੜਾ ਪਰਉਪਕਾਰ ਕੀਤਾ, ਮੈਂ ਹੁਣ ਇਹਨਾਂ ਦੀ ਖਾਤਰ ਕੀ ਕਰ ਸਕਦਾ ਹਾਂ, ਅਖੀਰ ਹੋਰ ਤੇ ਕੁਝ ਨਹੀਂ ਸੀ ਕਰ ਸਕਦਾ। ਉਸਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਵਾਹਿਗੁਰੂ ਤੂੰ ਇਹਨਾਂ ਪੰਛੀਆਂ ਦੀ ਆਤਮਾ ਨੂੰ ਆਤਮਕ ਸ਼ਾਂਤੀ ਪ੍ਰਦਾਨ ਕਰੀ, ਇਹਨਾਂ ਨੂੰ ਚਰਨਾਂ ਵਿੱਚ ਨਿਵਾਸ ਦੇਵੀ ਜਿਨ੍ਹਾਂ ਨੇ ਮੇਰੀ ਖਾਤਰ ਇੱਡੀ ਵੱਡੀ ਕੁਰਬਾਨੀ ਕੀਤੀ ਹੈ। ਸੱਚੇ ਮਨ ਦੇ ਨਾਲ ਉਹਦੀ ਅਰਦਾਸ ਪ੍ਰਵਾਨ ਹੋਈ, ਉਸ ਪੰਛੀਆਂ ਦੀ ਆਤਮਾ ਨੂੰ ਵੈਕੁੰਠ ਦੇ ਵਿੱਚ ਨਿਵਾਸ ਮਿਲ ਗਿਆ। ਹਜ਼ੂਰ ਕਹਿਣ ਲੱਗੇ ਕਿ ਪੰਛੀਆਂ ਦੀ ਉਦਾਹਰਣ ਤੈਨੂੰ ਇਸ ਲਈ ਦਿੱਤੀ ਹੈ ਕਿ ਗ੍ਰਸਤੀ ਬਣਨਾ ਤੇ ਇਹੋ ਜਿਹਾ ਬਣ, ਸੇਵਾ ਤੋਂ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਾ। ਜਾਓ ਤੋ ਪ੍ਰੇਮ ਖੇਲਣ ਕਰ ਜਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਚਿਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਭਾਈ ਨੰਦ ਸਿੰਘ ਦੋਵੇਂ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਖੜ ਗਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਕੁਝ ਨਹੀਂ ਕਰ ਸਕਦਾ, ਆਪ ਜੀ ਕਿਰਪਾ ਕਰੋ
ਮੇਰਾ ਸਰੀਰ ਬੜਾ ਆਸੀ ਹੈ, ਨਾ ਤੇ ਮੇਰਾ ਕੰਮ ਕਰਨ ਨੂੰ ਜੀ ਕਰਦਾ ਹੈ, ਤੇ ਨਾ ਹੀ ਕੁਝ ਹੋਰ ਦੁਨਿਆਵੀ ਕੰਮ ਧੰਦਿਆਂ ਦੇ ਵਿੱਚ ਕੋਈ ਮੇਰਾ ਪ੍ਰੇਮ ਹੈ। ਤਾਂ ਹਜ਼ੂਰ ਨੇ ਉਸ ਵੇਲੇ ਇਸਦੇ ਮਾਤਾ ਪਿਤਾ ਨੂੰ ਆਖਿਆ, ਇਸ ਨੂੰ ਸਾਡੇ ਪਾਸ ਛੱਡ ਜਾਓ, ਇਹ ਕੋਈ ਸਾਡਾ ਪੁਰਾਣਾ ਸਿੱਖ ਹੈ, ਅਸੀਂ ਆਪੇ ਇਸ ਨੂੰ ਸਮਝਾ ਲਵਾਂਗੇ। ਫਿਰ ਭਾਈ ਨੰਦ ਸਿੰਘ ਗੁਰੂ ਮਹਾਰਾਜ ਦੇ ਕੋਲ ਰਿਹਾ, ਫਿਰ ਇਹਦੀ ਧਰਮ ਪਤਨੀ ਵੀ ਦੋਵੇਂ ਗੁਰੂ ਮਹਾਰਾਜ ਦੀ ਸੰਗਤ ਕਰਕੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਗਏ। ਸੋ ਇਹ ਸਾਖੀਆਂ ਤੋਂ ਸਾਨੂੰ ਜੋ ਸਿੱਖਿਆ ਮਿਲਦੀ ਹੈ ਉਹ ਸਾਨੂੰ ਗ੍ਰਹਿਣ ਕਰਨੀ ਚਾਹੀਦੀ ਹੈ। ਭਗਤ ਕਬੀਰ ਜੀ ਦੇ ਪਾਸੋਂ ਜਗਿਆਸੂ ਆ ਕੇ ਕਹਿਣ ਲੱਗਾ, ਮਹਾਰਾਜ ਹੁਣ ਮੈਨੂੰ ਨਹੀਂ ਪਤਾ ਲੱਗਦਾ ਕਿ ਮੈਂ ਭਗਤੀ ਕਰਾਂ ਜਾਂ ਦੁਨੀਆਂ ਦੇ ਕੰਮ ਧੰਦੇ ਕਰਾਂ, ਕਿਸੇ ਪਾਸੇ ਵੀ ਮੇਰਾ ਮਨ ਨਹੀਂ ਲੱਗਦਾ ਤੇ ਡੋਲਦਾ ਰਹਿੰਦਾ, ਤੇ ਕਿਰਪਾ ਕਰੋ। ਤਾਂ ਭਗਤ ਕਬੀਰ ਜੀ ਨੇ ਇਹ ਸ਼ਬਦ ਦੀਆਂ ਜੋ ਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੁਆਰਾ ਉਸਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਬਾਲੂਬਾਗ ਸ਼ਾਹ ਰੇ ਮਨ ਬੌਰਾ ਭਗਤ ਜੀ ਕਹਿਣ ਲੱਗੇ ਆਪਣੇ ਮਨ ਨੂੰ ਸੁਣਦਿਆਂ, ਰੇ ਮਨ ਬੌਰਾ ਐ ਪਾਗਲ ਮਨਾ ਐ ਕਮਲਿਆ, ਡਗਮਗ ਸ਼ਾਰ ਡਗ ਡੋਲੇ ਖਾਣੇ ਛੱਡ ਗਏ, ਕਦੀ ਇੱਧਰ ਕਦੀ ਉੱਧਰ। ਜਿਵੇਂ ਇੱਕ ਸਾਡੀ ਪੰਜਾਬੀ ਦੀ ਕਹਾਵਤ ਹੈ, ਧੋਬੀ ਦਾ ਕੁੱਤਾ ਨਾ ਕਰਦਾ ਨਾ ਕਰਦਾ, ਕਦੇ ਕੋਈ ਦੂਰ ਬੇੜੀਆਂ ਤੇ ਪੈਰ ਰੱਖ ਕੇ ਦਰਿਆ ਪਾਰ ਨਹੀਂ ਕਰ ਸਕਦਾ, ਤੂੰ ਕਿਉਂ ਡਗ ਡੋਲੇ ਖਾਣਾ ਕਰਦਾ? ਇਹ ਜਿਹੜੇ ਡਗ ਡੋਲੇ ਖਾਣੇ ਛੱਡ ਦੇ ਤੇ ਇੱਕ ਰਸਤਾ ਅਖਤਿਆਰ ਕਰ, ਆਪ ਤੋਂ ਜਰੇ ਮਰੇ ਸਿੱਧ ਪਾਈਏ ਜਿਹਨੂੰ ਹਾਲ ਸੁਧੌਰਾ। ਹਜ਼ੂਰ ਕਹਿਣ ਲੱਗੇ, ਜਿਵੇਂ ਕੋਈ ਸਤੀ ਆਪਣੇ ਹੱਥ ਵਿੱਚ ਸੰਧੌੜਾ ਦਾ ਹੱਥ ਹੈ, ਸੰਧੂਰਿਆ ਹੋਇਆ ਨਾਰੀਅਲ ਪਕੜ ਕੇ ਸਤੀ ਹੋਣ ਵਾਸਤੇ ਤਿਆਰ ਹੋ ਜਾਵੇ ਤੇ ਫਿਰ ਉਹ ਉਸ ਵੇਲੇ ਉਹਦਾ ਮਨ ਡੋਲ ਜਾਵੇ, ਗੱਲ ਚੰਗੀ ਨਹੀਂ ਹੈ। ਭਗਤ ਜੀ ਕਹਿੰਦੇ ਨੇ, ਹੁਣ ਤੇਰਾ ਮਨ ਜੇ ਭਗਤੀ ਵਿੱਚ ਲੱਗਣਾ ਚਾਹੁੰਦਾ ਤੇ ਇਹਨੂੰ ਇੱਕ ਪਾਸੇ ਲਾ ਦੇ, ਅਬ ਤੋਂ ਜਰੇ ਮਰੇ ਸਿਰ ਪੈ ਗਿਆ, ਹੁਣ ਤੇ ਸੜ ਕੇ ਮਰ ਕੇ ਹੀ ਸਿੱਧ ਕਲਿਆਣ ਮੁਕਤੀ ਪ੍ਰਾਪਤ ਹੋ ਸਕਦੀ ਹੈ। ਲੀਨੂ ਹਾਲ ਸੰਧੌਰਾ, ਜਦੋਂ ਸੰਧੌਰਾ ਸੰਧੂਰ ਦੇ ਨਾਲ ਰੰਗਿਆ ਹੋਇਆ ਨਾਰੀਅਲ ਪਕੜ ਹੀ ਲਿਆ, ਇਹ ਸਤੀ ਦੀ ਇੱਕ ਰਸਮ ਸੀ। ਜਦੋਂ ਉਸਨੇ ਸਤੀ ਹੋਣਾ ਹੁੰਦਾ ਸੀ, ਇੱਕ ਨਾਰੀਅਲ ਦੀ ਸੰਧੂਰ ਲਾ ਕੇ ਫਿਰ ਉਹ ਸਤੀ ਹੁੰਦੀ ਸੀ। ਦੂਸਰਾ ਇਹਦਾ ਅਰਥ ਸੰਧੌਰਾ ਦਾ ਅਰਥ ਮਹਾਂਪੁਰਖ ਖੰਡਾ ਵੀ ਕਰਦੀ ਸਨ। ਲੀਨੂ ਹਾਲ ਸੰਧੌਰਾ, ਜਦੋਂ ਕਿਸੇ ਸੂਰਮੇ ਨੇ ਹੱਥ ਵਿੱਚ ਸੰਧੌਰਾ ਖੰਡਾ ਪਕੜ ਲਿਆ ਤੇ ਫਿਰ ਉਹਨੂੰ ਪਿੱਛੇ ਹਟਣ ਦੀ ਲੋੜ ਨਹੀਂ, ਫਿਰ ਤੇ ਉਹਨੂੰ ਅੱਗੇ ਜੰਗ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕਰਨੀ ਚਾਹੀਦੀ ਹੈ। ਲੋਹਣ ਅਰੰਭ ਤੋਂ ਭਗਤ ਕਬੀਰ ਜੀ ਉਸ ਡਿੱਗ ਡੋਲੇ ਖਾਂਦੇ ਉਸ ਜਗਿਆਸੂ ਨੂੰ ਉਪਦੇਸ਼ ਦੇ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੇ ਵਿਚਾਰ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਰੇ ਛੱਡੋ ਭਰਮ ਪ੍ਰਗਟ ਹੋਏ, ਨਾ ਦੋ ਇਹ ਮਾਇਆ ਕੇ ਭਾਂਡੇ। ਇਹ ਮਾਇਆ ਕੇ ਡਾਂਡੇ, ਭਾਂਡੇ ਵੀ ਡਾਂਡੇ, ਦੋਵੇਂ ਗੱਡੇ ਅੱਖਰ। ਗੌੜੀ ਬਾਰਵੀਂ ਗੌੜੀ ਰਾਗ ਦੀ ਬਾਰਵੀਂ ਜਾਤੀ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ। ਭਾਵੇਂ ਦੀ ਉਸ ਜਗਿਆਸੂ ਨੂੰ ਆਖਦੇ ਨੇ, ਭਾਈ ਆਪਣੇ ਮਨ ਨੂੰ ਸਮਝਾ, ਮਨ ਦੇ ਛੱਡੋ ਭਰਮ। ਪਹਿਲਾਂ ਇੱਥੇ ਰੁਕਣਾ ਕਿ ਇਹ ਮਨ ਭਰਮ ਛੱਡ ਦੇ, ਪ੍ਰਗਟ ਹੋਏ ਨਾਚੋ, ਨਾਚੋ ਤੇ ਵਿਸਰਾਮ ਆਉਣਾ। ਐਨ ਪ੍ਰਗਟ ਹੋ ਕੇ ਤੇ ਸਾਹਮਣੇ ਪ੍ਰਗਟ ਹੋ ਕੇ ਨੱਚ, ਜਿਵੇਂ ਆਮ ਪੰਜਾਬੀ ਦੀ ਕਹਾਵਤ ਹੈ ਜੀ, ਨੱਚਣਾ ਹੈ ਤੇ ਕੁੰਡ ਕਾਹਦਾ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ, ਭਾਈ ਜੇ ਤੂੰ ਭਗਤੀ ਕਰਨੀ ਹੈ, ਭਗਤੀ ਮਾਰਗ ਤੇ ਚੱਲਣਾ ਹੈ, ਤੇ ਫਿਰ ਸ਼ਰਮ ਕਾਹਦੀ, ਭਰਮ ਦੇ ਵਿੱਚ ਕਿਉਂ ਪਿਆ ਹੋਇਆ ਹੈ? ਯਾਦ ਰੱਖ ਕੇ ਆ ਮਾਇਆ ਕੇ ਡਾਂਡੇ, ਆ ਜਿਤਨੇ ਵੀ ਪੰਡਿਤ ਨੇ, ਮੌਲਵੀ ਨੇ, ਗਿਆਨੀ ਧਿਆਨੀ ਨੇ, ਔਰ ਇਹ ਸਾਰੇ ਮਾਇਆ ਦੇ ਡੰਡੇ ਹੇਠਾਂ ਨੇ, ਇਹ ਸਾਰੇ ਮਾਇਆ ਦੇ ਅਧੀਨ ਨੇ, ਮਾਇਆ ਦੇ ਗੁਲਾਮ ਬਣ ਚੁੱਕੇ ਨੇ, ਇਹਨਾਂ ਨੇ ਤੇਰਾ ਭਲਾ ਨਹੀਂ ਕਰਨਾ। ਤੂੰ ਵਾਹਿਗੁਰੂ ਦੀ ਸ਼ਰਨ ਲੈ, ਭਗਤੀ ਕਰ, ਸਿਮਰਨ ਕਰ, ਇਹਦੇ ਨਾਲ ਹੀ ਤੇਰੀ ਕਲਿਆਣ ਹੋ ਸਕਦੀ ਹੈ। ਸਨਮੁਖ
ਦੁਖ ਰਣ ਤੇ ਡਰ ਪੈ ਸਦੀ ਗੇ ਸਾਚੇ ਭਾਨੇ। ਜੋ ਭਗਤ ਜੀ ਉਦਾਹਰਣ ਦੇ ਕੇ ਸਮਝਾਉਂਦੇ ਨੇ ਵੀ ਉਹ ਕਾਹਦਾ ਸੂਰਮਾ ਹੈ ਸਰੂਰ ਕੇ ਸਨਮੁਖ ਰਣ ਤੇ ਡਰ ਪੈ, ਜਿਹੜਾ ਜੰਗ ਦੇ ਸਾਹਮਣੇ ਹੋਣ ਤੋਂ ਡਰਦਾ ਹੋਵੇ। ਇੱਕ ਪਾਸੇ ਧਰਮ ਯੁੱਧ ਦਾ ਮੋਰਚਾ ਲੱਗਿਆ ਹੋਵੇ, ਦੂਜੇ ਪਾਸੇ ਹੱਥ ਖੜੇ ਕਰਕੇ ਕੋਈ ਦੌੜ ਜਾਵੇ, ਉਹ ਕਾਹਦਾ ਸੂਰਮਾ ਹੈ ਸੂਰ ਕੇ ਸਨਮੁਖ ਰਣ ਤੇ ਡਰ ਪੈ। ਜਦੋਂ ਸ਼ਮਾ ਬਲਦੀ ਹੋਵੇ ਪ੍ਰਵਾਨੀ ਕੁਰਬਾਨ ਹੋ ਜਾਂਦੇ ਨੇ, ਤੇ ਜਿਹੜੇ ਭੂੰਡ ਨੇ ਉਹ ਉਸ ਵੇਲੇ ਬਹਾਨੇ ਬਣਾ ਕੇ ਦੌੜ ਜਾਂਦੇ। ਭਾਈ ਕਬੀਰ ਜੀ ਕਹਿੰਦੇ ਨੇ ਉਹ ਕਾਹਦਾ ਸੂਰਮਾ ਜਿਹੜਾ ਸਾਹਮਣੇ ਜੰਗ ਦੇ ਵਿੱਚ ਜਾਣ ਤੋਂ ਡਰਦਾ ਹੈ, ਸਤੀ ਤੇ ਸਾਂਚਾ ਭਾਂਡੇ ਉਹ ਕਾਹਦੀ ਸਤੀ ਹੈ। ਇੱਕ ਪਾਸੇ ਤੇ ਸੜ ਮਰਨ ਲਈ ਕੁਰਬਾਨ ਹੋਣ ਵਾਸਤੇ ਤਿਆਰ ਹੋਵੇ, ਦੂਜੇ ਪਾਸੇ ਭਾਂਡੇ ਇਕੱਠੇ ਕਰਦੀ ਫਿਰੇ ਵੀ ਮੈਂ ਘਰ ਦੇ ਭਾਂਡੇ ਸੰਭਾਲ ਲਵਾਂ। ਲੋਕ ਭਗਤ ਜੀ ਫਰਮਾਉਂਦੇ ਨੇ ਕਿ ਇਹ ਮਨ ਇਹ ਕਮਲਿਆ ਮਨਾ ਜਿਹੜੇ ਐਵੇਂ ਜਗ ਡੋਲੇ ਖਾਣੇ ਨੇ, ਇਧਰ ਉਧਰ ਭਟਕਣਾ ਹੋਣੇ ਨੂੰ ਛੱਡ ਦੇ। ਹੁਣ ਜਦੋਂ ਹੱਥ ਵਿੱਚ ਸੰਧੌਰਾ ਸੰਧੂਰਿਆ ਨਾਲੀਏ ਪਕੜ ਹੀ ਲਿਆ ਹੈ, ਮਨ ਬਣਾ ਹੀ ਲਿਆ ਵੀ ਸਤੀ ਹੋ ਜਾਣਾ ਹੈ, ਤੇ ਹੁਣ ਤੇ ਸੜ ਕੇ ਮਰ ਕੇ ਹੀ ਮੁਕਤੀ ਪ੍ਰਾਪਤ ਹੋਣੀ ਹੈ। ਕਾਮ ਕ੍ਰੋਧ ਮਾਇਆ ਕੇ ਲੀਨੇ ਇਆਂ ਵਿਦ ਜਗਤ ਵਿਭੂਤਾ। ਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਵੇਖ ਲੋ ਜਿੰਨੇ ਵੀ ਜੀਵ ਨੇ ਕਾਮ ਦੇ ਕ੍ਰੋਧ ਦੇ ਮਾਇਆ ਦੇ ਵਸ਼ ਕੀਤੇ ਹੋਏ ਨੇ, ਇਹ ਵਿਦ ਜਗਤ ਵਿਭੂਤਾ। ਇਸ ਤਰ੍ਹਾਂ ਸਾਰਾ ਸੰਸਾਰ ਹੀ ਪਾਈ ਇਹਨਾਂ ਵਿਕਾਰਾਂ ਨੇ ਤੇ ਮਾਇਆ ਨੇ ਖਰਾਬ ਕੀਤਾ ਹੋਇਆ ਹੈ। ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਊਚਾ। ਕਬੀਰ ਜੀ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਭਾਈ ਅਸਲੀ ਰਾਜਾ ਜੀਵ ਦੁਨੀਆਂ ਦਾ ਪਾਤਸ਼ਾਹ ਵਾਹਿਗੁਰੂ ਹੈ, ਤੂੰ ਉਹਦੀ ਸ਼ਰਨ ਨਾ ਛੱਡ, ਉਹਦੀ ਓਟ ਨਾ ਛੱਡ, ਉਹਦੀ ਓਟ ਵਿੱਚ ਪੈ, ਹੋਰ ਸਾਰੀਆਂ ਗੱਲਾਂ ਛੱਡ, ਸਗਲ ਪੁਰਖ ਤੇ ਉੱਚਾ ਉਹ ਅਕਾਲ ਪੁਰਖ ਵਾਹਿਗੁਰੂ ਜਿੰਨੇ ਵੀ ਉੱਚੇ ਆਪਣੇ ਆਪ ਨੂੰ ਮੰਨਦੇ ਨੇ ਬ੍ਰਾਹਮਣ ਵਿਸ਼ਨੂੰ ਸ਼ਿਵਜੀ ਵਰਗੇ, ਉਹਨਾਂ ਸਾਰੇ ਉੱਚਿਆਂ ਨਾਲੋਂ ਵੀ ਉੱਚਾ ਵਾਹਿਗੁਰੂ ਪਰਮੇਸ਼ਰ ਹੈ, ਤੂੰ ਉਹਦੀ ਸ਼ਰਨ ਲੈ, ਉਹਦਾ ਸਿਮਰਨ ਕਰਿਆ ਕਰ, ਉਹ ਤੇਰੀ ਕਲਿਆਣ ਕਰ ਦੇਵੇਗਾ। ਸੋ ਭਗਤ ਕਬੀਰ ਜੀ ਨੇ ਸ਼ਬਦ ਦੁਆਰਾ ਦੁਬਦਾ ਵਿੱਚ ਪਾਏ ਕਿਸੇ ਜਗਿਆਸੂ ਨੂੰ ਆਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਆਪਾਂ ਇਸ ਨੂੰ ਸੁਣਿਆ, ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਾਮ ਕ੍ਰੋਧ ਮਾਇਆ ਕੇ ਲੀਨੇ ਇਆਂ ਰਤ ਇਆਂ ਵਿਦ ਜਗਤ ਵਿਭੂਤਾ। ਕਹਿ ਕਬੀਰ ਰਾਜਾ ਰਾਮ ਨਾ ਛੋਡ ਸਗਲ ਊਚ ਤੇ ਊਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।